birthday to you. Happy birthday to you. Happy birthday, Nani Mama. Happy birthday to you. Kata Nani Mama? Nani Mama. Hai, happy birthday Nani Mama. Mwah. Hello Shashi Kal ji saryanu, hor ki haal chaal ne tuhade saryan de? I hope ki tusi sare bahut jyada vadhiya hovoge. So ajj hai 29 April, so ajj hai mere mamma da birthday. Starting te main ek clip add kiti si jo ki nani nu wish kar rahi si meri beti Anaya. So ajj kal unne nani mamma kehna start kar ditta hai, nanu vi kehndi hai, mamu vi kehndi hai, matlab saryan da naam lendi hai. So unnu holi holi assi guide kar rahe haan. So I hope ki assi unnu vadhiya to vadhiya guide kar sakiye. So ajj hai mere mamma da birthday, mere waste bahut hi special day aa, kyunki mere mamma jo ne world de best mamma ne. So main socha ki unna ajj ik choti ji clip banai jave taaki jadon oh morning de time uth ke ek clip dekhan ta unna de face te choti ji smile aa jaye. Chalo baba ji bas unna nu hamesha sariyan khushiyan den, kyunki bahut zyada dukh dekhe ne unna ne apni life ch. So ਹੁਣ ਬਸ ਇਹੀ ਅਰਦਾਸ ਕਰਦੇ ਆ ਕਿ ਉਹ ਸਾਰੇ ਹੁਣ ਜਿਹੜੇ ਦੁੱਖ ਆ ਉਹ ਭੁੱਲ ਕੇ ਉਹਨਾਂ ਨੂੰ ਉਹ ਬਾਬਾ ਜੀ ਸਾਰੀਆਂ ਖੁਸ਼ੀਆਂ ਦੇਣ, ਤੇ ਮੈਂ ਇਹੀ ਅਰਦਾਸ ਕਰਦੀ ਆ ਆਪਣੇ ਬਾਬਾ ਜੀ ਅੱਗੇ ਕਿ ਹਮੇਸ਼ਾ ਮੈਨੂੰ ਹਰ ਜਨਮ 'ਚ ਮੈਨੂੰ ਇਹੀ ਮੰਮਾ ਪਾਪਾ ਮਿਲਣ, ਵਰਲਡ ਦੇ ਬੈਸਟ ਮੰਮਾ ਪਾਪਾ ਨੇ. ਹਾਲਾਂਕਿ ਕਈ ਜਿਹੜੇ ਨੇ ਉਹ ਵਰਲਡ ਦੇ ਬੈਸਟ ਪੇਰੈਂਟਸ ਨੇ. ਸੋ ਮੰਮਾ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇਹ ਲਾਈਫ ਦਿੱਤੀ, ਤੁਸੀਂ ਮੈਨੂੰ ਇੰਨੀ ਸੋਹਣੀ ਪਰਵਰਿਸ਼ ਦਿੱਤੀ ਕਿ ਮੈਂ ਤੁਹਾਡਾ ਕਦੀ ਵੀ ਇਹ ਅਹਿਸਾਨ ਚੁਕਾ ਨਹੀਂ ਸਕਦੀ ਕਿਸੇ ਵੀ ਜਨਮ 'ਚ. ਤੁਸੀਂ ਮੈਨੂੰ ਜਨਮ ਦਿੱਤਾ, ਅੱਜ ਮੈਂ ਵੀ ਇੱਕ ਮਾਂ ਬਣੀ ਹਾਂ. ਸੋ ਮੈਨੂੰ ਪਤਾ ਲੱਗਾ ਹੈ ਕਿ ਕਿੱਦਾਂ ਕਿੰਨਾ ਦਰਦ ਸਹਿ ਕੇ ਤੁਸੀਂ ਮੈਨੂੰ ਵੀ ਜਨਮ ਦਿੱਤਾ, ਮੈਨੂੰ ਮੁੰਡਿਆਂ ਤੋਂ ਵੱਧ ਕੇ ਪਿਆਰ ਕੀਤਾ. ਮੇਰੇ ਪਾਪਾ ਨੇ ਮੈਨੂੰ ਹਰ ਇੱਕ ਚੀਜ਼ ਦਿੱਤੀ ਮੁੰਡਿਆਂ ਤੋਂ ਪਹਿਲਾਂ, ਮੇਰੇ ਭਰਾਵਾਂ ਤੋਂ ਪਹਿਲਾਂ ਹਰ ਇੱਕ ਚੀਜ਼ ਮੈਨੂੰ ਦਿੱਤੀ. ਜਿਹੜੀ ਚੀਜ਼ ਮੈਂ ਮੰਗਦੀ ਸੀ ਉਹੀ ਮੈਨੂੰ ਦਿੰਦੇ ਸੀ. ਸੋ ਬਹੁਤ ਬਹੁਤ ਥੈਂਕ ਯੂ ਤੁਹਾਡੇ ਦੋਨਾਂ ਦਾ ਕਿ ਤੁਸੀਂ ਮੈਨੂੰ ਇਹ ਲਾਈਫ ਦਿੱਤੀ, ਬਹੁਤ ਵਧੀਆ ਦਿੱਤੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮੈਨੂੰ ਪੜ੍ਹਾਇਆ ਲਿਖਾਇਆ. ਸੋ ਸਾਰੇ ਪੇਰੈਂਟਸ ਜਿਹੜੇ ਨੇ, ਸਾਰਿਆਂ ਦੇ ਪੇਰੈਂਟਸ ਹਮੇਸ਼ਾ ਹੀ ਤੰਦਰੁਸਤ ਰਹਿਣ, ਵਾਹਿਗੁਰੂ ਹਮੇਸ਼ਾ ਉਹਨਾਂ ਦੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ. ਸੋ ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ, ਮੰਮਾ ਆਈ ਲਵ ਯੂ ਸੋ ਮੱਚ. ਜਲਦੀ ਮਿਲਾਂਗੀ ਮੈਂ ਤੁਹਾਨੂੰ, ਬਸ ਜਦੋਂ ਤੱਕ ਮੈਂ ਆਵਾਂ ਹੱਟੇ ਕੱਟੇ ਹੋ ਜਾਓ. ਸੋ ਕਿ ਸਾਰਾ ਦੁੱਖ ਤੁਹਾਡੇ ਲਾਗੋਂ ਦੂਰ ਭੱਜੇ. ਸੋ ਮੇਰੇ ਜਦੋਂ ਦੀ ਮੈਂ ਇੱਥੇ ਆਈ ਹਾਂ ਉਦੋਂ ਤੋਂ ਬਾਅਦ ਮੰਮਾ ਦੀਆਂ ਦੋ ਸਰਜਰੀ ਹੋ ਚੁੱਕੀਆਂ, ਇੱਕ ਆਈ ਓਪਰੇਟ ਹੋ ਚੁੱਕਿਆ ਹੈ. ਸੋ ਮੈਂ ਨਹੀਂ ਜਾ ਸਕੀ. ਸੋ ਕੋਈ ਗੱਲ ਨਹੀਂ, ਕੋਈ ਨਾ ਕਦੀ ਨਾ ਕਦੀ ਦਿਨ 'ਤੇ ਆਊਗਾ ਜਦੋਂ ਮੈਂ ਜਾਵਾਂਗੀ ਇਸ ਲੋਕਡਾਊਨ ਤੋਂ ਬਾਅਦ. ਅਫਕੋਰਸ ਮੈਂ ਜਾਵਾਂਗੀ ਕਿਉਂਕਿ ਹੁਣ ਇੱਥੇ ਜ਼ਿੰਮੇਵਾਰੀਆਂ ਵੱਧ ਚੁੱਕੀਆਂ ਨੇ, ਰਿਸਪੋਂਸੀਬਿਲਟੀ ਨੇ. ਉਹ ਵੀ ਖੁਦ ਕਹਿੰਦੇ ਨੇ ਕਿ ਚਲੋ ਬੇਟਾ ਆਪਣਾ ਘਰ ਪਹਿਲਾਂ ਦੇਖੋ. ਉਹਨਾਂ ਨੇ ਹਮੇਸ਼ਾ ਮੈਨੂੰ ਇਹੀ ਗਾਈਡ ਕੀਤਾ ਹੈ ਕਿ ਪਹਿਲਾਂ ਆਪਣਾ ਘਰ ਦੇਖੋ ਫਿਰ ਉਸ ਤੋਂ ਬਾਅਦ. ਪਰ ਇੱਕ ਧੀ ਨੂੰ ਤਾਂ ਆਪਣੇ ਮਾਂ ਪਿਓ ਵੱਲ ਖਿੱਚ ਹੁੰਦੀ ਹੀ ਹੁੰਦੀ ਆ. ਸੋ ਬਾਕੀ ਜਿਹੜੀਆਂ ਗੱਲਾਂ ਹੋਣਗੀਆਂ ਮੈਂ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੀ. ਆਫਕੋਰਸ ਤੁਸੀਂ ਵੀ ਸਾਰੇ ਜਾਣੇ ਹੁਣ ਮੇਰੀ ਫੈਮਲੀ ਹੋ. ਸੋ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਮੇਰੀ ਜਿਹੜੀ ਫੈਮਲੀ ਆ ਥੋੜ੍ਹੀ ਜਿਹੀ ਵੱਡੀ ਹੋ ਜੇ, ਫਿਰ ਮਜ਼ਾ ਆਉਂਦਾ ਨਾ ਆਪਣਾ ਹਰ ਇੱਕ ਗੱਲ ਸ਼ੇਅਰ ਕਰਨ ਦਾ. ਸੋ ਡੈਫੀਨੇਟਲੀ ਆਈ ਵਿਲ ਸ਼ੇਅਰ ਐਵਰੀਥਿੰਗ ਵਿਦ ਯੂ. ਸੋ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ. ਅਗਰ ਤੁਸੀਂ ਅਜੇ ਤੱਕ ਨਾਇਆ ਫੈਮਲੀ ਨੂੰ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਕਰੋ, ਵੀਡੀਓਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ. ਸੋ ਬਸ ਇੰਨਾ ਹੀ ਅੱਜ ਦਾ ਵਲੋਗ, ਵਲੋਗ ਨਹੀਂ ਕਹਿ ਸਕਦੇ ਅਸੀਂ, ਇੱਕ ਛੋਟੀ ਜਿਹੀ ਕਲਿੱਪ ਕਹਿ ਸਕਦੇ ਹਾਂ ਜੋ ਕਿ ਮੈਂ ਡੈਡੀਕੇਟ ਕੀਤੀ ਆਪਣੀ ਮੰਮਾ ਨੂੰ, ਕਿਉਂਕਿ ਮੈਨੂੰ ਲੱਗਾ ਕਿ ਇਹੀ ਇੱਕ ਪਲੈਟਫਾਰਮ ਹੈਗਾ ਜਿਹਦੇ ਜ਼ਰੀਏ ਮੈਂ ਆਪਣੀ ਮੰਮਾ ਨੂੰ ਥੈਂਕ ਯੂ ਕਹਿ ਸਕਦੀ ਹਾਂ ਕਿ ਥੈਂਕ ਯੂ ਸੋ ਮੱਚ ਫੋਰ ਐਵਰੀਥਿੰਗ ਮੰਮਾ ਪਾਪਾ. ਤੁਸੀਂ ਦੁਨੀਆ ਦੇ ਸਭ ਤੋਂ ਬੈਸਟ ਮੰਮਾ ਪਾਪਾ ਮੇਰੇ ਲਈ, ਤੁਸੀਂ ਗੋਡ ਹੋ. ਆਈ ਲਵ ਯੂ ਸੋ ਮੱਚ, ਆਈ ਲਵ ਯੂ, ਲਵ ਯੂ, ਲਵ ਯੂ. ਅਤੇ ਸਾਂਝ ਵੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ, ਅਤੇ ਤੁਸੀਂ ਸਾਂਝ ਨੂੰ ਜਿੰਨਾ ਪਿਆਰ ਦੇਵੋਗੇ ਉਸ ਤੋਂ ਡਬਲ ਤੁਹਾਨੂੰ ਪਿਆਰ ਦੇਵੇਗੀ. ਜਿਹੜਾ ਜਿਹੜਾ ਬੱਚੇ ਨੂੰ ਪਿਆਰ ਕਰਦਾ ਹੈ ਬੱਚਾ ਉਹਦੇ ਵੱਲ ਹੀ ਹਮੇਸ਼ਾ ਜਾਂਦਾ ਹੈ, ਜਿਹੜਾ ਨਹੀਂ ਕਰਦਾ ਉਹਦੇ ਵੱਲ ਬੱਚਾ ਕਦੀ ਵੀ ਨਹੀਂ ਜਾਂਦਾ. ਅਸੀਂ ਉਹਨਾਂ ਨੂੰ ਕੁਛ ਨਹੀਂ ਸਿਖਾ ਸਕਦੇ ਬੱਚਿਆਂ ਨੂੰ, ਕਿਉਂਕਿ ਬੱਚਾ ਉਹੀ ਸਿੱਖਦਾ ਹੈ ਜੋ ਉਹ ਦੇਖਦਾ ਹੈ. ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਇਹ ਮੇਰੀ ਵੀਡੀਓ ਦੇਖੀ. ਸੋ ਬਾਏ ਬਾਏ, ਟੇਕ ਕੇਅਰ.
So I hope you like this video. So agar tanu ee video pasand aaya, do subscribe my channel, hit the like button and share karo apne friends vich. ते मेरी वीडियो नू फुल देखियो एंड तक ते मेरे चैनल नू सब्सक्राइब करके साडी छोटी जी फैमिली दा मेंबर बनो. थैंक यू फॉर वाचिंग दिस वीडियो.